ਸਤਿ ਸ਼੍ਰੀ ਅਕਾਲ ਸਰ, ਤੁਸੀਂ ਕਿਵੇਂ ਹੋ ਸਾਰੇ? ਹੋਪ ਸਾਰੇ ਵਧੀਆ ਹੋਵੋਗੇ। ਅਤੇ ਅੱਜ ਮੰਡੇ ਹੈ, ਮੈਨੂੰ ਕਾਫੀ ਟਾਈਮ ਤੋਂ ਡੀਐਮ ਆ ਰਹੇ ਸੀਗੇ ਕਿ ਨਲਾਸ ਮੰਦਿਰ ਦੇ ਦਰਸ਼ਨ ਕਰਾਓ, ਅਤੇ ਅੱਜ ਤੁਹਾਨੂੰ ਅੱਜ ਨਲਾਸ ਮੰਦਿਰ ਦੇ ਦਰਸ਼ਨ ਕਰਾਵਾਂਗੇ। ਬਹੁਤ ਘੈਂਟ ਜਗ੍ਹਾ ਹੈ, ਜੁੜੇ ਰਹੋ ਵਲੋਗ ਦੇ ਐਂਡ ਤੱਕ। ਅਤੇ ਇਕੱਲੀ ਇਕੱਲੀ ਚੀਜ਼ ਦਿਖਾਵਾਂ, ਵੈਸੇ ਉੱਥੇ ਫੋਨ ਅਲਾਊਡ ਨਹੀਂ ਹੈਗਾ, ਅਤੇ ਫਿਰ ਵੀ ਜਿੰਨਾ ਕੁ ਸਾਡੇ ਤੋਂ ਹੋ ਸਕੇਗਾ ਅਸੀਂ ਤੁਹਾਨੂੰ ਮੰਦਿਰ ਦੇ ਦਰਸ਼ਨ ਜ਼ਰੂਰ ਕਰਾਵਾਂਗੇ। ਅਤੇ ਆਪਣਾ ਸੋਭਾ ਆਪਣੇ ਨਾਲ ਜਾਏਗਾ। ਸੋਭੇ ਨੂੰ ਮੈਂ ਕਾਲ ਕੀਤੀ, ਸੋਭਾ ਕਹਿੰਦਾ ਮੈਂ ਉੱਠ ਗਿਆ ਭਰਾ, ਤੁਸੀਂ ਤਿਆਰ ਹੋ ਜਾਓ। ਅਤੇ ਫਿਰ ਹੁਣ ਮੈਂ ਵੀ ਚੱਲਿਆ, ਰੈਡੀ ਹੋਣ ਅਤੇ ਮਿਲਦੇ ਹਾਂ, ਰੈਡੀ ਹੋ ਗਏ। ਲਓ ਜੀ, ਆਪਾਂ ਹੋ ਚੁੱਕੇ ਰੈਡੀ, ਅਤੇ ਆਪਾਂ ਘਰ ਵੀ ਪੂਜਾ ਕਰ ਲਈ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਕਰਦੇ ਹਾਂ ਸੋਭੇ ਨੂੰ ਫੋਨ, ਅਤੇ ਬਹੁਤ ਟਾਈਮ ਹੋ ਚੁੱਕਿਆ। ਸੋਭਾ ਕਹਿ ਰਿਹਾ ਸੀਗਾ ਵੀ 7 ਵਜੇ ਆਪਾਂ ਨਿਕਲ ਜਾਣਾ, ਪਰ 7 ਤੱਕ ਅੱਧੇ ਵੱਜ ਚੁੱਕੇ ਹੈ। ਉਹਨੂੰ ਕਰਦੇ ਹਾਂ ਫੋਨ, ਦੇਖੋ ਕੀ ਕਹਿੰਦਾ। ਹੈਲੋ, ਹਾਂਜੀ ਵੀਰੇ। ਯਾਰ ਸੋਭੇ ਟਾਈਮ ਦੇਖ ਲੈ, ਕਿੰਨਾ ਟਾਈਮ ਹੋ ਗਿਆ ਯਾਰ, ਪਹੁੰਚੇ ਨਹੀਂ ਅੱਜ ਤੱਕ ਯਾਰ। ਪਹੁੰਚ ਗਏ ਵੀਰੇ, ਯਾਰ ਦੁਕਾਨ ਤੇ ਖੜਿਆ ਮੈਂ ਆਪਣੀ ਸੈਲੂਨ ਤੇ। ਅੱਛਾ, ਪਹੁੰਚ ਗਿਆ? ਹਾਂਜੀ ਹਾਂ। ਤਾਂ ਫੋਨ ਕੌਣ ਕਰੇਗਾ ਮੈਨੂੰ ਪਹੁੰਚ ਕੇ ਇੱਥੇ? ਮੈਂ ਉਰੇ ਪਲਕਾਂ ਪਿਛਾ ਇੰਤਜ਼ਾਰ ਕਰਨਾ ਤੇਰਾ ਮੈਂ। ਮਤਲਬ ਮੇਰੀ ਗਲਤੀ ਹੈ, ਕੁੱਲ ਮਿਲਾ ਕੇ ਮੈਂ ਨਹੀਂ ਫੋਨ ਕਰਿਆ ਤੈਨੂੰ। ਤੁਹਾਡੀ ਗਲਤੀ ਨਹੀਂ ਹੈਗੀ ਵੀਰੇ, ਮੈਂ ਤੁਹਾਨੂੰ ਫੋਨ ਕਰਨੇ ਵਾਲਾ ਸੀ, ਬਸ 5 ਮਿੰਟ ਲੇਟ ਹੋ ਗਿਆ ਫਿਰ ਬਸ। ਅੱਛਾ ਚੱਲ, ਕੋਈ ਨਹੀਂ, ਆ ਗਿਆ ਮੈਂ 5 ਮਿੰਟ 'ਚ ਪਹੁੰਚ ਗਿਆ, ਮੈਂ ਵੀ ਤਿਆਰ ਖੜਾ। ਠੀਕ ਹੈ ਜੀ। ਤਾਂ ਸੁਬਹਾ ਤਾਂ ਤਿਆਰ ਹੋ ਕੇ ਖੜਿਆ, ਗਲਤੀ ਬੇਸਿਕਲੀ ਮੇਰੀ ਹੈ ਵੀ ਮੈਂ ਉਹਨੂੰ ਵਿਚਾਰੇ ਨੂੰ ਫੋਨ ਨਹੀਂ ਕੀਤਾ। ਚਲੋ ਕੋਈ ਨਹੀਂ, ਅਤੇ ਚੱਲਦੇ ਹਾਂ ਨਲਾਸ ਵੱਲ ਨੂੰ। ਤਾਂ ਚਲੀਏ ਸ਼ੁਰੂ ਕਰਦੇ ਹਾਂ। ਕੋਈ ਦੁਕਾਨ ਨੀ ਖੋਲੀ ਪਹਿਲੇ, ਤੇਰੀ ਦੁਕਾਨ ਖੋਲੀ ਭਾਈ, ਅੱਜ ਤੈਨੂੰ ਡਿਗਰੀ ਮਿਲੇਗੀ ਵੀਰ, ਜ਼ਰੂਰ। ਠੀਕ ਹੈ, ਚੱਲੀਏ ਫਿਰ। ਚਲੋ ਜੀ, ਲਓ ਜੀ, ਆਪਾਂ ਹੋ ਚੁੱਕੇ ਹਾਂ ਨਲਾਸ ਫਲ ਨੂੰ ਰਵਾਨਾ। ਅਤੇ ਨਲਾਸ ਸਾਡੇ ਸ਼ਹਿਰ ਤੋਂ ਟੋਟਲ 15 ਕਿਲੋਮੀਟਰ ਪੈਂਦਾ ਇੱਕ ਸਾਈਡ, ਅਤੇ ਸਾਰਾ ਰਸਤਾ ਦਿਖਾਵਾਂਗੇ ਤੁਹਾਨੂੰ, ਜੁੜੇ ਰਹੋ ਐਂਡ ਤੱਕ। ਤਾਂ ਸਭ ਤੋਂ ਪਹਿਲਾਂ ਆਉਂਦਾ ਜੀ ਦੁਰਗਾ ਮੰਦਿਰ ਗੇਟ, ਅੰਦਰ ਜਾ ਕੇ ਦੁਰਗਾ ਮਾਤਾ ਦਾ ਮੰਦਿਰ ਹੈ, ਬਹੁਤ ਹੀ ਪ੍ਰਾਚੀਨ ਮੰਦਿਰ ਹੈ, ਬਹੁਤ ਹੀ ਸੋਹਣਾ ਮੰਦਿਰ ਹੈ। ਇਹ ਹੈਗਾ ਜੀ ਟਾਲੀ ਵਾਲਾ ਚੌਂਕ, ਰਾਜਪੁਰੇ ਦਾ ਸਭ ਤੋਂ ਮਸ਼ਹੂਰ ਚੌਂਕ ਹੈ ਜੀ, ਅਤੇ ਇਹ ਸਾਡੀ ਮਾਰਕੀਟ ਹੈ। ਇਸ ਟਾਈਮ ਸਵੇਰ ਦਾ ਟਾਈਮ ਹੈ ਤਾਂ ਮਾਰਕੀਟ ਬੰਦ ਪਈ ਹੈ, ਹੌਲੀ ਹੌਲੀ ਮਾਰਕੀਟ ਖੁੱਲ੍ਹਣੀ ਸਟਾਰਟ ਹੋਏਗੀ। ਅਤੇ ਇਹ ਸਭ ਤੋਂ ਮਸ਼ਹੂਰ ਚੌਂਕ ਹੈ ਟਾਲੀ ਵਾਲਾ ਚੌਂਕ। ਇਹ ਰਾਜਪੁਰੇ ਦਾ ਸ਼ਿਵ ਮੰਦਿਰ ਹੈ ਜੀ, ਜੋ ਰਾਜਪੁਰੇ ਦੀ ਬਹੁਤ ਹੀ ਮਸ਼ਹੂਰ ਪਾਰਕ ਸ਼ਿਵਾ ਜੀ ਪਾਰਕ ਦੇ ਬਿਲਕੁਲ ਸਾਹਮਣੇ ਹੈ। ਅਤੇ ਇਹ ਹੈਗਾ ਜੀ ਆਪਣੇ ਰਾਜਪੁਰੇ ਦਾ ITI ਚੌਂਕ, ਫੁਆਰਾ ਚੌਂਕ ਵੀ ਕਹਿੰਦੇ ਇਹਨੂੰ, ਅਤੇ ਇਹਨੂੰ ਅੱਜ ਕੱਲ੍ਹ ਨਵਾਂ ਨਾਮ ਦਿੱਤਾ ਗਿਆ ਯੂਨੀਲੀਵਰ ਚੌਂਕ। ਅਤੇ ਇਹ ਹੈਗਾ ਜੀ ਫਲਾਈਓਵਰ, ਜੋ ਰਾਜਪੁਰੇ ਤੋਂ ਚੰਡੀਗੜ੍ਹ ਵੱਲ ਨੂੰ ਜਾਂਦਾ ਹੈ ਜੀ। ਇਹ ਨਲਾਸ ਪਿੰਡ ਦਾ ਗੇਟ ਹੈ ਜੀ, ਇੱਥੋਂ ਨਲਾਸ ਪਿੰਡ ਦੇ ਸਿਰਫ 6 ਕਿਲੋਮੀਟਰ ਰਹਿ ਜਾਂਦਾ ਹੈ, ਅਤੇ ਆਓ ਚੱਲਦੇ ਹਾਂ ਅੱਗੇ। ਲਓ ਜੀ, ਆਪਣੇ ਨਲਾਸ ਪਿੰਡ 'ਚ ਹੋ ਗਈ ਐਂਟਰੀ, ਅਤੇ ਮੰਦਿਰ ਵੀ ਥੋੜ੍ਹੀ ਹੀ ਦੂਰ ਰਹਿ ਗਿਆ ਜੀ। ਲਓ ਜੀ, ਇਹ ਮੰਦਿਰ ਦਾ ਐਂਟਰੀ ਗੇਟ ਹੈ ਜੀ, ਅਤੇ ਅੱਜ ਬਹੁਤ ਰਸ਼ ਹੈ ਕਿਉਂਕਿ ਸਾਉਣ ਦਾ ਸੋਮਵਾਰ ਹੈ, ਜਿਸ ਕਰਕੇ ਪਾਰਕਿੰਗ ਦੀ ਵੀ ਕਾਫੀ ਸਮੱਸਿਆ ਤੁਸੀਂ ਦੇਖ ਹੀ ਸਕਦੇ ਹੋ। ਲਓ ਜੀ, ਆਪਣੀ ਐਂਟਰੀ ਮੰਦਿਰ 'ਚ ਹੋ ਚੁੱਕੀ ਹੈ, ਮੰਦਿਰ 'ਚ ਫੋਨ ਅਲਾਊਡ ਨਹੀਂ ਹੈਗਾ, ਫਿਰ ਵੀ ਸਾਡੇ ਤੋਂ ਜਿੰਨਾ ਹੋ ਸਕੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ, ਜੁੜੇ ਰਹੋ ਐਂਡ ਤੱਕ। ਕਾਫੀ ਰਸ਼ ਹੈ ਜਿਸ ਕਰਕੇ ਐਂਟਰੀ ਇੱਧਰੋਂ ਬੰਦ ਕਰਤੀ ਹੈ, ਸਾਨੂੰ ਇੱਧਰੋਂ ਜਾਣਾ ਪੈਣਾ। ਚਲੋ ਚੱਲਦੇ ਹਾਂ।
ਤੁਸੀਂ ਦੇਖ ਹੀ ਸਕਦੇ ਹੋ ਜੀ ਕਿਉਂਕਿ ਅੱਜ ਸਾਉਣ ਦਾ ਸੋਮਵਾਰ ਹੈ ਤਾਂ ਕਰਕੇ ਰਸ਼ ਜ਼ਿਆਦਾ ਜੀ ਅਤੇ ਅਸੀਂ ਇਸ ਮੰਦਰ 'ਚ ਜਾਣਾ ਜੀ ਅਤੇ ਇੱਧਰੋਂ ਹੋ ਕੇ ਉਹ ਵਾਲੇ ਮੰਦਰ 'ਚ ਜਾਵਾਂਗੇ ਅਤੇ ਸਾਨੂੰ ਸਾਰਾ ਕੁਝ ਦਿਖਾਵਾਂਗੇ ਜੁੜੇ ਰਹੋ ਵਲੋਗ ਦੇ ਐਂਡ ਤੱਕ ਕਾਫੀ ਦੇਰ ਲਾਈਨ 'ਚ ਲੱਗਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜਿਗਜ਼ੈਗ ਅਤੇ ਇਸ ਜਿਗਜ਼ੈਗ ਕਲੀਅਰ ਕਰਕੇ ਅਸੀਂ ਉੱਥੇ ਮੰਦਰ 'ਚ ਐਂਟਰ ਹੋਵਾਂਗੇ ਜੀ ਸੋ ਫਾਈਨਲੀ ਆਪਾਂ ਮੰਦਰ 'ਚ ਐਂਟਰ ਹੋ ਚੁੱਕੇ ਹਾਂ 3 ਘੰਟੇ ਲਾਈਨ 'ਚ ਲੱਗਣ ਤੋਂ ਬਾਅਦ ਅਸੀਂ ਮੰਦਰ 'ਚ ਐਂਟਰ ਹੋਏ ਹਾਂ ਜੋ ਤੁਹਾਨੂੰ ਦੱਸਿਆ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਕਿੱਧਰੋਂ ਜਾਣਾ ਵੀਰੇ ਇੱਧਰ ਵਾਲੀ ਸਾਈਡ ਨੂੰ ਜਾਣਾ ਜਾਂ ਇੱਧਰ ਵਾਲੀ ਸਾਈਡ ਨੂੰ ਜਾਣਾ ਚੱਲ ਤੂੰ ਮੱਥਾ ਨਵਾਂ ਬਹੀਆਂ ਬਣਾ ਕੇ ਠੀਕ ਹੈ ਲਾਸਟ ਮੰਦਿਰ ਦਾ ਹੈ ਜੀ ਲੰਗਰ ਹਾਲ ਇੱਥੇ ਬਹੁਤ ਹੀ ਸਵਾਦਿਸ਼ਟ ਬਹੁਤ ਹੀ ਸਾਫ਼ ਸੁਥਰਾ ਲੰਗਰ ਵਰਤਾਇਆ ਜਾਂਦਾ ਹੈ ਜੀ ਆਓ ਚੱਲਦੇ ਹਾਂ ਅੰਦਰ ਲਓ ਜੀ ਆਪਾਂ ਆ ਚੁੱਕੇ ਆਪਣੇ ਸੈਲੂਨ 'ਤੇ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ 'ਚ ਜ਼ਰੂਰ ਜੈ ਸ਼ੰਕਰ ਜੀ ਜ਼ਰੂਰ ਲਿਖਿਓ ਅਤੇ ਆਪਣਾ ਨਲਾਸ ਮੰਦਰ ਵੀ ਜ਼ਰੂਰ ਵਿਜ਼ਿਟ ਕਰਕੇ ਆਇਓ ਤੁਸੀਂ ਦੇਖ ਹੀ ਚੁੱਕੇ ਹੋਗੇ ਕਿੰਨੀ ਬਹੁਤ ਪਿਆਰੀ ਜਗ੍ਹਾ ਬਹੁਤ ਦਿਲ ਲੱਗਦਾ ਉੱਥੇ ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇੱਦਾਂ ਹੀ ਸੋਹਣੇ ਸੋਹਣੇ ਵਲੋਗ ਆਉਂਦੇ ਰਹਿਣਗੇ ਮਿਲਦੇ ਹਾਂ ਅਗਲੇ ਵਲੋਗ 'ਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ